पंजाबी यूनिवर्सिटी के वीसी बीएस घुम्मन ने बुधवार को अपना इस्तीफा दे दिता है। हालांकि हुण तक उन्हां दे इस्तीफे की अधिकारिक तौर पर पुष्टि नहीं की गई है, पर सूत्रों के मुताबिक डॉक्टर वीसी घुम्मन अपने निजी कारणों का हवाला देंदिया अपने अहुदे तो इस्तीफा दे दिता है। इस्तीफे की खबर सामने आउंदिया ही राजनीति गरमाउन लगी है, जिस बारे अकाली दल की तिखी प्रतिक्रिया सामने आई है। प्रेम सिंह चंदू माजरा का कहना है कि वीएस घुम्मन ने इस्तीफा निजी कारणों कारण नहीं सगो सरकारी मजबूरी कारण दिता है। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਦਾ ਅਸਤੀਫਾ ਪੰਜਾਬ ਸਰਕਾਰ ਦੇ ਮੱਥੇ 'ਤੇ ਦਾਗ ਰਹੇਗਾ ਔਰ ਹਮੇਸ਼ਾ ਸਰਕਾਰ ਨੂੰ ਸ਼ਰਮਿੰਦਗੀ ਝੱਲਣੀ ਪਏਗੀ। ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ 500 ਸਾਲਾ ਸ਼ਤਾਬਦੀ 'ਤੇ ਜਿਹੜੀ ਯੂਨੀਵਰਸਿਟੀ ਸਥਾਪਿਤ ਕੀਤੀ, ਸਾਢੇ ਪੰਜ ਸੌ ਸਾਲਾਂ 'ਤੇ ਇਹ ਯੂਨੀਵਰਸਿਟੀ ਨੂੰ ਸਮਾਪਤ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਨੇ ਔਰ ਮੈਂ ਸਮਝਦਾ ਜਿਸ ਤਰ੍ਹਾਂ ਮਜਬੂਰ ਕਰਕੇ, ਤੰਗ ਕਰਕੇ, ਪਰੇਸ਼ਾਨ ਕਰਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਮਜ਼ਬੂਰੀ ਵਸ ਅਸਤੀਫਾ ਦੇਣਾ ਪਿਆ, ਇਹ ਸਰਕਾਰ ਦੀ ਪੰਜਾਬੀਆਂ ਪ੍ਰਤੀ, ਪੰਜਾਬੀ ਯੂਨੀਵਰਸਿਟੀ ਪ੍ਰਤੀ ਔਰ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਪ੍ਰਤੀ ਜੋ ਸੋਚ ਹੈ ਉਸਦਾ ਨਤੀਜਾ ਔਰ ਯੂਨੀਵਰਸਿਟੀ ਨੂੰ ਪਿਛਲੇ ਸਮੇਂ ਤੋਂ ਜੋ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚੋਂ ਗੁਜ਼ਰਨਾ ਪੈ ਰਿਹਾ ਔਰ ਪੰਜਾਬ ਸਰਕਾਰ ਕਿਸੇ ਤਰ੍ਹਾਂ ਦੀ ਮਦਦ ਨਹੀਂ ਦੇ ਰਹੀ, ਬਲਕਿ ਉੱਥੋਂ ਦੇ ਅਧਿਆਪਕਾਂ ਨੂੰ, ਵਿਦਿਆਰਥੀਆਂ ਨੂੰ ਅਤੇ ਈਵਨ ਵਾਈਸ ਚਾਂਸਲਰ ਨੂੰ ਜਿਸ ਤਰ੍ਹਾਂ ਪਰੇਸ਼ਾਨੀ ਦੇ ਵਿੱਚੋਂ ਗੁਜ਼ਰਨਾ ਪਿਆ ਉਹਦਾ ਨਤੀਜਾ ਕਿ ਵਾਈਸ ਚਾਂਸਲਰ ਸਾਹਿਬ ਨੂੰ ਅਸਤੀਫਾ ਦੇਣਾ ਪਿਆ। ਸਰਕਾਰ ਨੂੰ ਇਹ ਅਸਤੀਫਾ ਮਨਜ਼ੂਰ ਕਰਨ ਦੀ ਥਾਂ ਬੀ ਐਸ ਘੁੰਮਣ, ਜੋ ਬੜੇ ਪ੍ਰਸਿੱਧ ਅਰਥ ਸ਼ਾਸਤਰੀ ਵੀ ਨੇ, ਬੜੇ ਨੇਕ ਇਨਸਾਨ ਨੇ, ਉਹਨਾਂ ਨੂੰ ਹੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰੱਖ ਕੇ ਮਦਦ ਦੇਣੀ ਚਾਹੀਦੀ ਹੈ ਮਾਲੀ ਤੌਰ 'ਤੇ ਯੂਨੀਵਰਸਿਟੀ ਨੂੰ, ਤਾਂ ਕਿ ਯੂਨੀਵਰਸਿਟੀ ਵਿਕਾਸ ਕਰ ਸਕੇ। दस दिए कि अज तो 3 साल पहला डॉक्टर बी एस घुम्मन नूं पंजाबी यूनिवर्सिटी का वीसी नियुक्त किया गया सी। उन्हां दा कार्यकाल कुछ दिन पहला ही खत्म होया, पर उन्हां नूं सरकार वल्लों एक्सटेंशन दे दित्ती गई सी, जिस मगरों हुण उन्हां दे इस्तीफे दीआं खबरां सामने आ रहीआं ने।